ਰਿਹਾ ਫੈਕਟਰੀ ਦੇ ਮੈਂ ਬਠਿੰਡਾ ਤੋਂ ਜਸਕਰਨ ਸਿੰਘ ਜਿਸ ਤਰ੍ਹਾਂ ਕਿ ਸਾਰੇ ਹੀ ਮਹਿਕਮਿਆਂ ਦੇ ਮੁਲਾਜ਼ਮ ਸੜਕ ਉੱਤੇ ਹੋਏ ਹਨ ਅਤੇ ਉੱਥੇ ਅੱਜ ਸਿਹਤ ਮਹਿਕਮੇ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਅੱਜ ਸੜਕ ਉੱਤੇ ਹਨ। ਉਹਨਾਂ ਵੱਲੋਂ ਅੱਜ ਇੱਕ ਪੁਤਲਾ ਫੂਕਿਆ ਗਿਆ, ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਇਹਨਾਂ ਵੱਲੋਂ ਇੱਕ ਪੁਤਲਾ ਫੂਕਿਆ ਗਿਆ ਅਤੇ ਇਹਨਾਂ ਨੇ ਕਿਹਾ ਕਿ ਸਾਡੀ ਪੇ ਪੈਟੀ ਦੀ ਬਹਾਲੀ ਨੂੰ ਰੈਗੂਲਰ ਕੀਤਾ ਜਾਵੇ ਅਤੇ ਉਸ ਇਹਨਾਂ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਸਾਡੇ ਪੱਤੇ ਕੱਟੇ ਗਏ ਹਨ ਉਹਨਾਂ ਦੇ ਵੀ ਇਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਅਸੀਂ ਤੁਹਾਡੇ ਨਾਲ ਬਲਬ ਦਾ ਕਰਾਮ ਸਾਡੇ ਨਾਲ ਕੁਝ ਆਗੂ ਜੁੜੇ ਨੇ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਕੀ ਨਾਮ ਤੁਹਾਡਾ? ਮੇਰਾ ਨਾਮ ਸਵਰਨਜੀਤ ਕੌਰ ਹੈ, ਮੈਂ ਨਰਸਿੰਗ ਐਸੋਸੀਏਸ਼ਨ ਬਠਿੰਡਾ ਦੀ ਪ੍ਰੈਜ਼ੀਡੈਂਟ ਹਾਂ। ਕੀ ਮਾਮਲਾ ਅੱਜ ਤੁਹਾਡੇ ਵੱਲੋਂ ਅੱਜ ਸੜਕਾਂ ਦੇ ਉਸ ਮਾਰਚ ਕੀਤਾ ਜਾ ਰਿਹਾ ਔਰ ਤੁਹਾਡੇ ਵੱਲੋਂ ਇਹ ਆਪਣਾ ਪੁਤਲਾ ਫੂਕਿਆ ਗਿਆ? ਐਕਚੁਅਲੀ ਸਾਡੇ ਰੋਸ ਮੁਜ਼ਾਹਰਾ ਤਾਂ ਅਸੀਂ ਘੱਟੋ ਘੱਟ 14 ਅੱਜ ਸਾਡਾ 11ਵਾਂ ਦਿਨ ਹੋ ਚੁੱਕਾ ਹੈ, ਅਸੀਂ ਸਰਕਾਰ ਦੇ ਖਿਲਾਫ ਲਗਾਤਾਰ ਲੜ ਰਹੇ ਹਾਂ। ਪਰ ਹੁਣ ਇਹਨਾਂ ਨੇ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕਰੀ ਜਾਂਦੇ ਕਿ ਰੋਜ਼ ਨਵਾਂ ਇੱਕ ਭੱਤਾ ਕੱਟ ਦਿੰਦੇ ਆ ਸਾਡਾ, ਘੱਟੋ ਘੱਟ ਹੁਣ 37 ਭੱਤੇ ਹੋਰ ਇਹਨਾਂ ਨੇ ਕੱਟ ਦਿੱਤੇ, ਜਿਸ ਦੇ ਰੋਸ ਵਜੋਂ ਅੱਜ ਅਸੀਂ ਇੱਥੇ ਅਰਥੀ ਫੂਕ ਮੁਜ਼ਾਹਰਾ ਕੀਤਾ ਅਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਸਾਡੇ ਭੱਤੇ ਕੱਟੇ ਗਏ ਉਹ ਬਹਾਲ ਕੀਤੇ ਜਾਣ ਅਤੇ ਜਿਹੜੇ ਸਾਡੇ ਨਰਸਿੰਗ ਕੇਡਰ ਦੀਆਂ ਮੰਗਾਂ ਨੇ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਉਹਨਾਂ ਨੂੰ ਜਲਦੀ ਹੱਲ ਕੀਤਾ ਜਾਵੇ। ਤੁਹਾਡੀ ਕੋਈ ਸਿਹਤ ਮੰਤਰੀ ਦੇ ਨਾਲ ਆਪਣਾ ਇਸ ਤੋਂ ਪਹਿਲਾਂ ਮੀਟਿੰਗ ਹੋ ਚੁੱਕੀ ਹੈ? ਸਾਡੀ 14/12/2021 ਨੂੰ ਓਪੀ ਸੋਨੀ ਜੀ ਨਾਲ ਮੀਟਿੰਗ ਹੋਈ ਸੀ, ਉਸ ਦੇ ਵਿੱਚ ਵੀ ਉਹਨਾਂ ਨੇ ਸਾਨੂੰ ਕੋਈ ਹੱਲ ਨਹੀਂ ਦੱਸਿਆ, ਕੋਈ ਉਹਨਾਂ ਨੇ ਝੂਠਾ ਆਸ਼ਵਾਸਨ ਤੱਕ ਨਹੀਂ ਦਵਾਇਆ, ਇੱਥੋਂ ਤੱਕ ਕਿ ਜਿਹੜੇ ਉਹਨਾਂ ਦੇ ਹੈਲਥ ਸੈਕਟਰੀ ਸੀ ਉਹਨਾਂ ਨੂੰ ਤਾਂ ਬੋਲਣ ਦੀ ਤਮੀਜ਼ ਵੀ ਨਹੀਂ ਸੀ ਅਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇੱਕ ਲੇਡੀ ਡਿਪਾਰਟਮੈਂਟ ਨਾਲ ਕਿੱਦਾਂ ਗੱਲ ਕਰਨੀ ਚਾਹੀਦੀ ਆ ਅਤੇ ਅਸੀਂ ਤਾਂ ਇਹ ਕਹਾਂਗੇ ਪਹਿਲਾਂ ਉਹਨਾਂ ਨੂੰ ਬੋਲਣ ਦੀ ਤਮੀਜ਼ ਸਿੱਖਣੀ ਚਾਹੀਦੀ ਹੈ, ਉਸ ਤੋਂ ਬਾਅਦ ਹੀ ਇਹਨਾਂ ਨੂੰ ਸਾਡੀਆਂ ਮੰਗਾਂ ਵੱਲ ਧਿਆਨ ਦੇ ਸਕਦੇ। ਜਿੰਨੀ ਦੇਰ ਇਹਨਾਂ ਨੂੰ ਬੋਲਣ ਦੀ ਤਮੀਜ਼ ਨਹੀਂ ਆਊਗੀ ਤਾਂ ਇਹ ਮੰਗਾਂ ਕੀ ਹੱਲ ਕਰਨਗੇ? ਬਿਲਕੁਲ ਜੀ, ਇਹਨਾਂ ਦਾ ਕਹਿਣਾ ਕਿ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ 'ਤੇ ਗੌਰ ਨਹੀਂ ਕਰੂ ਉਹਨਾਂ ਚਿਰ ਸਾਡੇ ਵੱਲ ਲਗਾਤਾਰ ਇਸ ਤਰ੍ਹਾਂ ਹੀ ਆਪਣਾ ਪ੍ਰਦਰਸ਼ਨ ਜਾਰੀ ਸਾਡੇ ਨਾਲ ਹੋਰ ਵੀ ਕੋਈ ਆਗੂ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਕੀ ਨਾਮ ਤੁਹਾਡਾ? ਮੇਰਾ ਨਾਮ ਹਰਵਿੰਦਰ ਕੌਰ ਹੈ ਸਰ, ਤੇ ਮੈਂ ਐਨਆਰਐਚਐਮ ਕਰਮਚਾਰੀ ਹਾਂ ਇੱਕ। ਕੀ ਕਹਿਣਾ ਚਾਹੁੰਦੇ ਅੱਜ ਤੁਹਾਡੇ ਵੱਲੋਂ ਪ੍ਰਦਰਸ਼ਨ ਕੀਤਾ? ਕੀ ਸਰ, ਪ੍ਰਦਰਸ਼ਨ ਤਾਂ ਅਸੀਂ ਪਿਛਲੇ 1.5 ਮਹੀਨੇ ਤੋਂ ਕਰ ਰਹੇ ਹਾਂ ਤੇ ਪਰ ਸਰਕਾਰਾਂ ਦੇ ਕੰਨ ਤੇ ਜੂ ਨਹੀਂ ਸਰ ਕਰੀ। ਇੱਕ ਇੱਕ ਵਰਗ, ਸਾਰੇ ਵਰਗ ਸੜਕਾਂ ਤੇ ਨੇ ਤੇ ਇਕੱਲੀ ਐਡਵਰਟਾਈਜ਼ਮੈਂਟ ਤੇ ਖਰਚਾ ਕਰ ਰਹੇ ਨੇ, ਜਿੰਨੇ ਦੇ ਵਿੱਚ ਬੋਰਡਾਂ ਤੇ ਖਰਚਾ ਕਰਦੇ ਨੇ ਉਨੇ ਦੇ ਵਿੱਚ ਸਾਨੂੰ ਪੇ ਪੈਨਲਟੀ ਦੇ ਦੇਣ, ਇਕੁਅਲ ਵਰਕ ਇਕੁਅਲ ਪੇ ਦੇਣ, ਕੱਟੇ ਹੋਏ ਪੱਤੇ ਬਹਾਲ ਕਰਨ, ਤਾਂ ਅਸੀਂ ਮੁੜ ਕੇ ਆਪਣੀ ਡਿਊਟੀਆਂ ਤੇ ਚਲੇ ਜਾਵਾਂਗੇ ਤੇ ਆਮ ਜਨਤਾ ਇਹਦੇ ਵਿੱਚ ਨਹੀਂ ਪੀਸੂਗੀ। ਸਾਡੇ ਨਾਲ ਕੁਝ ਹੋਰ ਵੀ ਆਗੂ ਜੋੜਦੇ ਆ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਕੀ ਨਾਮ ਤੁਹਾਡਾ? ਮੇਰਾ ਨਾਮ ਜਸ਼ਨ ਸਿੰਘ ਖਾਲਸਾ ਹੈ। ਅੱਜ ਕੀ ਕਹਿਣਾ ਚਾਹੁੰਦੇ ਅੱਜ ਤੁਹਾਡੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ, ਕੀ ਮਾਮਲੇ ਨੇ? ਮਾਮਲਾ ਸਾਡਾ ਇਹ, ਸਾਡੇ ਜਬਲਤ ਜਿਹੜੇ ਸਰਕਾਰ ਨੇ ਸਾਡੇ ਨਾਲ 6ਵੇਂ ਪੇ ਕਮਿਸ਼ਨ ਦੇ ਵਾਅਦੇ ਕੀਤੇ ਸੀਗੇ ਉਹ ਪੂਰੇ ਕਰ ਕੀਤੇ ਨੇ ਇਹਨਾਂ ਨੇ, ਤੇ ਜਿਹੜੇ ਸਾਡੇ ਪੱਤੇ ਸੀਗੇ ਉਹ ਦੇਣ ਦਾ ਕੀ ਸੀ ਉਹ ਕੱਟ ਲਏ ਇਹਨਾਂ ਨੇ। ਹੁਣ ਜਿੱਥੋਂ ਕਿ ਸਾਡੇ ਜਿਹੜੇ ਸਿਹਤ ਕਾਮੇ ਹੈ ਸਾਰਿਆਂ ਨੂੰ ਪਤਾ, ਕੋਰੋਨਾ ਦੇ ਵਿੱਚ ਮੂਹਰੇ ਹੋ ਕੇ ਲੜੇ ਆ, ਆਪਣੀ ਜਾਨ ਤੋਂ ਵੀ ਧਰ ਕੇ ਲੜੇ ਆ, ਔਰ ਹੁਣ ਓਮੀਕਰੋਨ ਆ ਰਿਹਾ ਹੈਗਾ ਤੇ ਕਿਸ ਤੋਂ ਕੀ ਸਿਹਤ ਸਾਤੋਂ ਫਿਰ ਆਪਣੇ ਸਰਕਾਰਾਂ ਕੀ ਸਾਤੋਂ ਆਸਾਂ ਰੱਖਣਗੀਆਂ ਕਿਸੇ ਕੰਮ ਕਰ ਸਕਾਂਗੇ ਵੀ ਘੱਟੋ ਘੱਟ ਸਾਨੂੰ ਇਹਨਾਂ ਨੇ ਹੋਰ ਨਹੀਂ ਜਿਹੜਾ ਸਾਡੇ ਆਪਣੇ ਜਿਹੜੇ ਪੱਤੇ ਕੱਟਣ ਦਾ ਨਾ ਘੱਟੋ ਘੱਟ, ਬਾਕੀ ਜਿਹੜੇ ਮੁਲਾਜ਼ਮ ਕੱਚੇ ਆ ਇਹਨਾਂ ਨੂੰ ਪੱਕੇ ਕੀਤੇ ਜਾਣ, ਇੰਨੇ ਸਾਲਾਂ ਦੇ ਲੱਗੇ ਹੋਏ ਹਨ ਜਿਹੜੇ ਰਿਟਾਇਰ ਹੋਣ 'ਤੇ ਬੈਠੇ ਹਨ ਵੀ ਉਹਨਾਂ ਨੂੰ ਪੱਕੇ ਕੀਤਾ ਜਾਵੇ ਅਤੇ ਸਾਡੇ ਜਿਹੜੇ ਜਿਹੜੇ ਪੱਤੇ ਕੱਟੇ ਉਹ ਬਹਾਲ ਕੀਤੇ ਜਾਣ। ਬਿਲਕੁਲ ਜੀ, ਇਹਨਾਂ ਦਾ ਆਖਣਾ ਹੈ ਕਿ ਸਾਡੇ ਜੋ ਸਰਕਾਰ ਨੇ ਪੱਤੇ ਕੱਟ ਰਹੇ ਉਸ ਨੂੰ ਰੈਗੂਲਰ ਕੀਤਾ ਜਾਵੇ, ਉਹਨਾਂ ਨੂੰ ਲਾਗੂ ਕੀਤਾ ਜਾਵੇ ਅਤੇ ਸਾਡੇ ਨਾਲ ਗੈਸਟ ਫੈਕਲਟੀ ਦੇ ਪ੍ਰੋਫੈਸਰ ਵੀ ਜੁੜੇ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਸਰ, ਕੀ ਨਾਮ ਤੁਹਾਡਾ? ਮੇਰਾ ਨਾਮ ਸਰਬਜੀਤ ਹੈ ਜੀ। ਸਰ, ਕੀ ਮਾਮਲਾ ਅੱਜ ਤੁਹਾਡੇ ਵੱਲੋਂ ਇੱਥੇ ਇੱਕ ਪ੍ਰਦਰਸ਼ਨ ਕੀਤਾ ਗਿਆ, ਤੁਹਾਨੂੰ ਸ਼ਮੂਲੀਅਤ ਕੀਤੀ, ਕੀ ਕਹਿਣਾ ਚਾਹੁੰਦੇ? ਇਹ ਅਸੀਂ ਸ਼ਮੂਲੀਅਤ ਕੀਤੀ ਹੈ ਜੀ, ਪੰਜਾਬ ਸਰਕਾਰ ਦੇ ਵਿਰੁੱਧ ਜਿਹੜੀ ਹੈਗੀ ਆ ਰੋਸ ਧਰਨਾ ਸੀਗਾ, ਅੱਜ ਰੋਸ ਪ੍ਰਦਰਸ਼ਨ ਸੀ, ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ, ਇਹ ਯੂਨੀਅਨਾਂ ਸਾਰੀਆਂ ਜਿਹੜੀਆਂ ਇਕੱਠੀਆਂ ਹੋਈਆਂ, ਪੰਜਾਬ ਸਰਕਾਰ ਦੀਆਂ 27 ਹੋਈਆਂ ਯੂਨੀਅਨਾਂ ਇਕੱਠੀਆਂ ਹੋਈਆਂ, ਅਸੀਂ ਗੈਸਟ ਫੈਕਲਟੀ ਲੈਕਚਰਾਰ ਹੈ, ਪਿਛਲੇ 15-15-20 ਸਾਲ ਤੋਂ ਸਰਕਾਰੀ ਕਾਲਜਾਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਹਾਂ ਅਤੇ ਸਰਕਾਰ ਸਾਡੇ 'ਤੇ ਜਿਹੜੀ ਹੁਣ ਤਲਵਾਰ ਚਲਾਉਣ ਜਾ ਰਹੀ ਸੀਗੀ, ਪਰ ਉਹ ਮਾਨਯੋਗ ਹਾਈ ਕੋਰਟ ਨੇ ਰੋਕ ਲਾਤੀ, ਪੋਸਟਾਂ ਕੱਟੀਆਂ ਸੀਗੀਆਂ ਇਹਨਾਂ ਨੇ ਅਤੇ ਸਾਡੇ ਵਿਰੁੱਧ ਭਰਤੀ ਕਰਨ ਜਾ ਰਹੀ ਸੀ, ਪਰ ਮਾਨਯੋਗ ਹਾਈ ਕੋਰਟ ਨੇ ਉਹਦੇ ਵਿਰੁੱਧ ਜਿਹੜੀ ਹੈਗੀ ਆ ਰੋਕ ਲਾਤੀ। ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜੀ, ਸਾਡੀਆਂ 15-15-20 ਸਾਲ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਾਡੀ ਜੋਬ ਸਿਕਿਉਰਿਟੀ ਦਾ ਲੈਟਰ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਜਾਰੀ ਕੀਤਾ ਜਾਵੇ, ਨਹੀਂ ਤਾਂ ਇਹ ਸੰਘਰਸ਼ ਅਸੀਂ ਹੋਰ ਤਿੱਖਾ ਕਰਾਂਗੇ ਅਤੇ ਇਸ ਸੰਘਰਸ਼ ਦਾ ਜਿਹੜਾ ਇਹਨਾਂ ਨੂੰ ਖਮਿਆਜ਼ਾ ਜਿਹੜਾ ਹੈਗਾ 2022 ਦੀਆਂ ਵੋਟਾਂ ਦੇ ਵਿੱਚ ਭੁਗਤਣਾ ਪਊਗਾ। ਅਸੀਂ ਸਰਕਾਰ ਦਾ ਪੂਰਾ ਪੰਡੀ ਪ੍ਰਚਾਰ ਕਰਨ ਦੀ ਤਿਆਰੀ ਕਰ ਰਹੀ ਹੈ ਜੀ ਅਸੀਂ ਜਿਹੜੀ ਹੈਗੀ ਆ। ਜੀ ਸਾਹਿਬ, ਸਾਡੇ ਨਾਲ ਗੈਸਟ ਫੈਕਲਟੀ ਪ੍ਰੋਫੈਸਰ ਜਿਨ੍ਹਾਂ ਦਾ ਕਹਿਣਾ ਕਿ ਸਰਕਾਰ ਦਾ ਪੰਡੀ ਪ੍ਰਚਾਰ ਕਰਨ ਲਈ ਸਾਡੇ ਵੱਲੋਂ ਪੂਰੀ ਤਿਆਰੀ ਕੀਤੀ ਹੋਈ ਹੈ ਅਤੇ ਸਾਡੇ ਨਾਲ ਕੁਝ ਮਹਿਲਾਵਾਂ ਵੀ ਜੁੜੀਆਂ ਨੇ ਉਹਨਾਂ ਨਾਲ ਗੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਕੀ ਕਹਿਣਾ ਚਾਹੁੰਦੇ ਤੁਹਾਡੇ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ, ਕੀ ਮਾਮਲਾ ਹੈ? ਸਾਨੂੰ ਬਹੁਤ ਲਾਰੇ ਲਾਏ ਜਾ ਰਹੇ ਆ, ਲਾਰਿਆਂ ਨੂੰ ਸਾਡਿਆਂ ਨੂੰ ਪੂਰਾ
ਪਜਾਮਾ ਪਹਿਨਾਓ ਇਲੈਕਸ਼ਨ ਆ ਰਿਹਾ ਇਲੈਕਸ਼ਨ ਦੇ ਵਿੱਚ ਤੁਹਾਡੇ ਵੱਲੋਂ ਜਿਹੜੀਆਂ ਮੰਗਾਂ ਗੌਰ ਨਹੀਂ ਕੀਤਾ ਜਾਂਦਾ ਕਿਸ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਜਾਣਗੇ ਜਿਹੜੀਆਂ ਮੰਗਾਂ ਅਸੀਂ ਸਿਰਫ ਜਾਇਜ਼ ਮੰਗਾਂ ਹੀ ਮੰਗ ਰਹੇ ਹਾਂ ਅਸੀਂ ਕੋਈ ਨਾਜਾਇਜ਼ ਮੰਗਾਂ ਪੂਰੀਆਂ ਕਰਨ ਵਾਸਤੇ ਨਹੀਂ ਕਹਿ ਰਹੇ ਅਸੀਂ 16-17 ਸਾਲਾਂ ਤੋਂ ਐਨਐਚਐਮ ਕਾਮੇ ਜਿਹੜੇ ਹੈਗੇ ਅਸੀਂ ਕੰਟਰੈਕਟ ਤੇ ਕੰਮ ਕਰ ਰਹੇ ਹਾਂ ਜੇ ਸਾਡੀਆਂ ਸਰਕਾਰ ਸਾਡਾ ਹੀ ਨਹੀਂ ਸੁਣਦਾ ਤਾਂ ਮੁਲਾਜ਼ਮਾਂ ਦਾ ਨਹੀਂ ਸੁਣਦੇ ਤਾਂ ਜਨਤਾ ਦਾ ਕੀ ਸੁਣਨਾ ਇਸ ਕਰਕੇ ਅਸੀਂ ਵੋਟਾਂ ਦਾ ਬਹਿਸ਼ਕਾਰ ਕਰਾਂਗੇ ਪਲੀਜ਼ ਸਾਡੇ ਕੋਲ ਕੋਈ ਵੀ ਪਾਰਟੀ ਵੋਟਾਂ ਮੰਗਣ ਨਾ ਆਵੇ ਸਾਡੇ ਰਿਸ਼ਤੇਦਾਰ ਵੀ ਸਾਡੇ ਨਾਲ ਹੈ ਸਾਡੇ ਘਰ ਦੇ ਵੀ ਸਾਡੇ ਨਾਲ ਹੈ ਬਿਲਕੁਲ ਜੀ ਇਹਨਾਂ ਦਾ ਕਹਿਣਾ ਕਿ ਅਗਰ ਸਾਡੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਜਾਂਦਾ ਤੇ ਸਾਡੇ ਵੱਲੋਂ ਲੋਕਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਸਾਡੇ ਕੋਲ ਕੋਈ ਵੀ ਵੋਟਾਂ ਮੰਗਣ ਨਾ ਆਵੇ ਫੈਕਟਰੀ ਬਠਿੰਡਾ ਤੋਂ ਜਸਕਰਨ ਮੀਤ ਦੀ ਰਿਪੋਰਟ